ਹੈਲੋ ਆਲ ਆਫ ਯੂ, ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਅੱਜ ਦਾ ਆਪਣਾ ਟੋਪਿਕ ਸੰਬੰਧਿਤ ਹੈ ਜੀ ਪੀ ਐੱਸ ਟੈਟ ਦੇ ਨਾਲ। ਪੀ ਐੱਸ ਟੈਟ ਦਾ ਸਬਜੈਕਟ ਹੈਗਾ ਜੀ ਸੀ ਡੀ ਪੀ। ਸੀ ਡੀ ਪੀ ਸਬਜੈਕਟ ਦਾ ਟੋਪਿਕ ਹੈ ਜੀ ਐੱਨ ਸੀ ਐੱਫ, ਨੈਸ਼ਨਲ ਕੁਰੀਕੁਲਮ ਫਰੇਮਵਰਕ 2005। ਠੀਕ ਹੈ ਜੀ, ਨੈਸ਼ਨਲ ਕੁਰੀਕੁਲਮ ਫਰੇਮਵਰਕ ਹੈ ਜੀ। ਸੋ ਰਾਸ਼ਟਰੀ ਪਾਠਕ੍ਰਮ ਢਾਂਚਾ, ਇਹਦੇ ਬਾਰੇ ਦੇ ਵਿੱਚ ਆਪਾਂ ਪੜ੍ਹਾਂਗੇ ਅੱਜ ਇਸ ਵੀਡੀਓ ਦੇ ਵਿੱਚ। ਵੈਸੇ ਇਸ ਟੋਪਿਕ ਦੇ ਨਾਲ ਸੰਬੰਧਿਤ ਜਿਹੜੀਆਂ ਵੀਡੀਓਜ਼ ਆ, ਪਹਿਲਾਂ ਵੀ 2-3 ਅਪਲੋਡ ਨੇ, ਬਟ ਉਹ ਤੁਹਾਡੇ ਬੀ ਐੱਡ ਵਾਲੀਆਂ ਨੇ, ਹੈ ਨਾ। ਬਟ ਟੋਪਿਕ ਸੇਮ ਹੀ ਹੈ, ਠੀਕ ਹੈ। ਬਟ ਇਹਦੇ ਉੱਪਰ ਸਪੈਸ਼ਲ ਜਿਹੜਾ ਇੱਕ ਕਵਰ ਆਪਾਂ ਪੇਜ ਲਗਾਵਾਂਗੇ, ਸੋ ਜੋ ਕਿ ਪੀ ਐੱਸ ਟੈਟ ਦੇ ਨਾਲ ਸੰਬੰਧਿਤ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਕਨਫਿਊਜ਼ ਹੋ ਜਾਂਦੇ ਆ ਕਿ ਇਹ ਕਹਿੰਦੇ ਤਾਂ ਬੀ ਐੱਡ ਵਾਲਾ ਟੋਪਿਕ ਹੈ। ਤਾਂ ਤੁਹਾਡੇ ਪੀ ਐੱਸ ਟੈਟ ਦੇ ਵਿੱਚ ਵੀ ਇਹ ਵਾਲਾ ਟੋਪਿਕ ਹੈਗਾ ਜੀ। ਬਹੁਤ ਸੌਖਾ ਜਿਹਾ ਟੋਪਿਕ ਹੈ ਜੀ, ਐੱਨ ਸੀ ਐੱਫ 2005, ਨੈਸ਼ਨਲ ਕੁਰੀਕੁਲਮ ਫਰੇਮਵਰਕ 2005, ਇਹਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ। ਸੋ ਆਪਣੀਆਂ ਜਿਹੜੀਆਂ ਪਲੇਲਿਸਟ ਹੈ ਜੀ, ਉਹ ਅਲੱਗ ਤੋਂ ਬਣੀਆਂ ਹੋਈਆਂ ਨੇ, ਜਿਹਦੇ ਵਿੱਚ ਮੈਂ ਸੀਕੁਐਂਸ ਵਾਈਜ਼ ਵੀਡੀਓਜ਼ ਅਪਲੋਡ ਕੀਤੀਆਂ ਨੇ। ਸੋ ਇੱਕ ਵੀਡੀਓ, ਕੋਈ ਵੀ ਵੀਡੀਓ ਤੁਸੀਂ ਸਕਿੱਪ ਕਰਕੇ ਨਾ ਦੇਖੋ, ਕਿਉਂਕਿ ਜੇਕਰ ਤੁਸੀਂ ਸਕਿੱਪ ਕਰਕੇ ਦੇਖੋਗੇ ਤਾਂ ਅਗਲੀ ਜੋ ਵੀਡੀਓ ਉਹਦੇ ਵਿੱਚ ਤੁਹਾਨੂੰ ਜਿਹੜਾ ਹੈ ਸਮਝ ਨਹੀਂ ਲੱਗੇਗੀ, ਠੀਕ ਹੈ। ਸੋ ਕੰਟੀਨਿਊ ਜਿਹੜੀਆਂ ਵੀਡੀਓਜ਼ ਹੈ ਉਹਨਾਂ ਨੂੰ ਦੇਖੋ। ਸੋ ਥੋੜ੍ਹਾ ਜਿਹਾ ਜਿਹੜਾ ਸਿਲੇਬਸ ਹੈ ਉਹ ਪੈਂਡਿੰਗ ਹੈਗਾ ਸੀ ਡੀ ਪੀ ਦੇ ਨਾਲ ਸੰਬੰਧਿਤ। ਸੋ ਆਪਾਂ ਸਟਾਰਟ ਕਰਦੇ ਹਾਂ ਜੀ ਐੱਨ ਸੀ ਐੱਫ ਦੇ ਬਾਰੇ ਦੇ ਵਿੱਚ ਪੜ੍ਹਨਾ। ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ। ਅਤੇ ਚੈਨਲ ਨੂੰ ਜੇਕਰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਸੋ ਆਪਾਂ ਐੱਨ ਸੀ ਐੱਫ ਦੀ ਗੱਲ ਕਰੀਏ, ਜੇਕਰ ਆਪਾਂ ਐੱਨ ਸੀ ਐੱਫ ਦੀ ਗੱਲ ਕਰੀਏ ਤਾਂ ਐੱਨ ਸੀ ਐੱਫ ਫਸਟ ਜਿਹੜਾ 1975 ਦੇ ਵਿੱਚ ਆਇਆ ਸੀ, ਜਿਹੜਾ ਕਿ ਫਸਟ ਐੱਨ ਸੀ ਐੱਫ ਸੀਗਾ। ਸੋ 1975 ਦੇ ਵਿੱਚ ਜਿਹੜਾ ਰਾਸ਼ਟਰੀ ਪਾਠਕ੍ਰਮ ਜਿਹੜਾ ਇਹਨਾਂ ਨੇ ਜਾਰੀ ਕੀਤਾ, ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਸੀ, ਵੀਕਨੈਸ ਸੀਗੀਆਂ। ਇਸੇ ਕਰਕੇ ਇੱਕ ਹੋਰ ਜਿਹੜਾ ਐੱਨ ਸੀ ਐੱਫ ਹੈ ਉਹ ਹੋਣ ਦੇ ਵਿੱਚ ਆਉਂਦਾ ਹੈ 1988 ਦੇ ਵਿੱਚ। 1988 ਦੇ ਵਿੱਚ ਜਿਹੜਾ ਨੈਕਸਟ ਕੁਰੀਕੁਲਮ ਲੈ ਕੇ ਆਉਂਦੇ ਆ, ਕਿਉਂਕਿ ਜਿਹੜੀਆਂ ਵੀ ਕਮੀਆਂ ਸੀ 1975 ਦੇ ਵਿੱਚ, ਠੀਕ ਹੈ, ਜੋ 1975 ਦੇ ਵਿੱਚ ਜੋ ਲਾਗੂ ਕੀਤਾ ਸੀ ਨੈਸ਼ਨਲ ਕੁਰੀਕੁਲਮ, ਉਹਦੇ ਵਿੱਚ ਜੋ ਕਮੀਆਂ ਸੀ ਉਹ 1988 ਦੇ ਵਿੱਚ ਉਹਨਾਂ ਕਮੀਆਂ ਨੂੰ ਜਿਹੜਾ ਦੂਰ ਆ ਉਹ ਕੀਤਾ ਗਿਆ। ਫਿਰ ਜਿਹੜੀਆਂ 1988 ਦੇ ਕੁਰੀਕੁਲਮਸ ਦੇ ਵਿੱਚ ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਜਿਹੜਾ 2000 ਦੇ ਵਿੱਚ ਇੱਕ ਨਵਾਂ ਜਿਹੜਾ ਕੁਰੀਕੁਲਮਸ ਹੈ ਉਹ ਹੋਣ ਦੇ ਵਿੱਚ ਆਉਂਦਾ, ਅਤੇ ਉਹਦੇ ਵਿੱਚ ਦੂਰ ਕਰਨ ਦੇ ਜਿਹੜੇ ਯਤਨ ਹੈ ਉਹ ਕੀਤੇ ਗਏ। ਸੋ ਅਲੱਗ ਅਲੱਗ ਸਮੇਂ 'ਤੇ ਕੁਰੀਕੁਲਮਸ ਜਿਹੜੇ ਆ ਇਹ ਆਏ ਆ 1975 ਦੇ ਵਿੱਚ। ਪੁੱਛ ਲੈਂਦੇ ਆ ਕਈ ਵਾਰੀ, ਠੀਕ ਹੈ, ਕਿ 1975 ਦੇ ਵਿੱਚ ਫਸਟ ਕਿਹੜਾ ਕੁਰੀਕੁਲਮ ਸੀ, ਤਾਂ 1975 ਦੇ ਵਿੱਚ ਆਇਆ, ਫਿਰ 1988 ਦੇ ਵਿੱਚ ਆਇਆ, ਫਿਰ 2000 ਦੇ ਵਿੱਚ ਆਇਆ। ਪਰ ਜੇਕਰ ਤੁਹਾਡੇ ਪੀ ਐੱਸ ਟੈਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਐੱਨ ਸੀ ਐੱਫ 2005 ਹੈ ਜੀ ਤੁਹਾਡੇ ਸਿਲੇਬਸ ਦੇ ਵਿੱਚ। ਐੱਨ ਸੀ ਐੱਫ 2005 ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ। ਇਹਦੇ ਜੇਕਰ ਆਪਾਂ ਚੇਅਰਮੈਨ ਦੀ ਗੱਲ ਕਰੀਏ ਤਾਂ ਇਹਦੇ ਜਿਹੜੇ ਚੇਅਰਮੈਨ ਹੈ ਜੀ ਉਹ ਹੈਗੇ ਆ ਜੀ ਪ੍ਰੋਫੈਸਰ ਜਸ਼ਪਾਲ ਸਿੰਘ। ਪ੍ਰੋਫੈਸਰ ਜਸ਼ਪਾਲ ਸਿੰਘ ਇਹਨਾਂ ਦੇ ਚੇਅਰਮੈਨ ਹੈ ਜੀ। ਸੋ ਕਈ ਵਾਰੀ ਪੁੱਛ ਲੈਂਦੇ ਆ ਐੱਨ ਸੀ ਐੱਫ ਦੀ ਫੁੱਲ ਫੋਰਮ ਵੀ ਪੁੱਛ ਲੈਂਦੇ ਆ, ਤਾਂ ਤੁਹਾਨੂੰ ਫੁੱਲ ਫੋਰਮ ਜਿਹੜੀ ਉਹ ਪਤਾ ਹੋਣੀ ਚਾਹੀਦੀ ਹੈ ਜੀ, ਨੈਸ਼ਨਲ ਕੁਰੀਕੁਲਮ ਫਰੇਮਵਰਕ। ਸੋ ਜੇਕਰ ਤੁਹਾਨੂੰ ਜਿਹੜੀ ਫੁੱਲ ਫੋਰਮ ਪੁੱਛ ਲੈਂਦੇ ਆ, ਸੋ ਇਹਦੇ ਚੇਅਰਮੈਨ ਵੀ ਯਾਦ ਰੱਖਣਾ, ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਜੀ ਐੱਨ ਸੀ ਐੱਫ ਦੇ ਜਿਹੜੇ ਚੇਅਰਮੈਨ ਨੇ ਉਹ ਕੌਣ ਸੀਗੇ, ਤਾਂ ਪ੍ਰੋਫੈਸਰ ਜਸ਼ਪਾ ਸਨ। ਸੋ ਇਹਦਾ ਮੇਨ ਜਿਹੜਾ ਟੈਗ ਲਾਈਨ ਕੀ ਹੈ ਜੀ, ਐੱਨ ਸੀ ਐੱਫ ਜਿਹੜਾ ਹੋਣ ਦੇ ਵਿੱਚ ਆਉਂਦਾ, ਇਹਦੀ ਮੇਨ ਲਾਈਨ ਕੀ ਹੈ, ਮੇਨ ਟੈਗ ਲਾਈਨ ਕੀ ਹੈ।
ਸੋ ਲਰਨਿੰਗ ਵਿਦਆਊਟ ਬਰਡਨ, ਮਤਲਬ ਕਿ ਬਿਨਾਂ ਬੋਝ ਤੋਂ ਜਿਹੜੀ ਸਿੱਖਿਆ ਹੋਣੀ ਚਾਹੀਦੀ ਹੈ, ਜਿਹੜੀ ਇੱਕ ਬੱਚੇ ਨੂੰ ਜਿਹੜੀ ਸਿੱਖਿਆ ਹੈ ਉਹ ਦਿੱਤੀ ਜਾਂਦੀ ਹੈ ਉਹ ਬਿਨਾਂ ਬੋਝ ਤੋਂ ਹੋਣੀ ਚਾਹੀਦੀ ਹੈ ਕਿ ਬੱਚੇ ਦੇ ਉੱਪਰ ਜਿਹੜਾ ਜ਼ਿਆਦਾ ਬੋਝ ਹੈ ਉਹ ਨਾ ਪਵੇ। ਸੋ ਬਿਨਾਂ ਬੋਝ ਤੋਂ ਸਿੱਖਿਆ ਜੀ NCF ਦਾ ਮੇਨ ਟੈਗ ਲਾਈਨ, ਠੀਕ ਆ। ਲਰਨਿੰਗ ਵਿਦਆਊਟ ਬਰਡਨ, ਇਹ ਵੀ ਜਿਹੜਾ ਕੁਐਸਚਨ ਹੈ PS ਸੈੱਟ ਦੇ ਵਿੱਚ ਪੁੱਛਿਆ ਜਾ ਚੁੱਕਿਆ ਜੀ, ਲਰਨਿੰਗ ਵਿਦਆਊਟ ਬਰਡਨ, ਤਾਂ ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ। ਸੋ ਨੈਕਸਟ ਆ ਜਾਓ ਜੀ, ਨੈਕਸਟ ਟੋਪਿਕ ਹੈਗਾ ਜੀ ਕੁਰੀਕਲਮ ਕਿਉਂ ਲਿਆਂਦਾ ਗਿਆ, ਜਿਹੜਾ ਪਾਠਕ੍ਰਮ ਸੀਗਾ ਇਹਨੂੰ ਲਿਆਂਦਾ ਕਿਉਂ ਗਿਆ, ਹੈ ਨਾ। ਕੋਈ ਪ੍ਰੋਬਲਮ ਸੀ, ਸਮੱਸਿਆਵਾਂ ਸੀਗੀਆਂ, ਵੀਕਨੈਸ ਸੀਗੀਆਂ ਜੋ ਕਿ 1975, 88 ਅਤੇ 2000 ਦੇ ਵਿੱਚ ਸੀਗੀਆਂ, ਹੈ ਨਾ। 2000 ਦੇ ਵਿੱਚ ਜਿਹੜੀਆਂ ਪ੍ਰੋਬਲਮ ਸੀ ਉਹਨਾਂ ਨੂੰ ਦੂਰ ਕਰਨ ਦੇ ਲਈ ਇਹ ਲਿਆਂਦਾ ਗਿਆ। ਸੋ ਕੁਰੀਕਲਮ ਕਿਉਂ ਲਿਆਂਦਾ ਗਿਆ ਸੀ, ਕਿਉਂ ਜ਼ਰੂਰਤ ਪਈ ਕਿ 2000 NCF 2005 ਲਿਆਉਣਾ ਪਿਆ, ਕਿਹੜੀਆਂ ਕਿਹੜੀਆਂ ਸਮੱਸਿਆਵਾਂ ਸੀਗੀਆਂ, ਆਪਾਂ ਉਹਨਾਂ ਦੇ ਬਾਰੇ ਦੇ ਵਿੱਚ ਇੱਥੇ ਜਿਹੜਾ ਪੜ੍ਹਾਂਗੇ ਜੀ। ਸੋ ਆਪਾਂ ਫਸਟ ਇਹਦੇ ਵਿੱਚ ਜਿਹੜਾ ਟੋਪਿਕ ਹੈ ਫਸਟ ਹੈਗਾ ਜੀ ਉਹ ਹੈਗਾ ਜੀ ਬੁੱਕ ਲਿਸਟ ਨੌਲੇਜ। ਬੁੱਕ ਲਿਸਟ ਨੌਲੇਜ ਕੀ ਕਿਤਾਬੀ ਗਿਆਨ ਸਿਰਫ ਕੀ ਹੁੰਦਾ ਸੀਗਾ ਕਿ ਸਿਰਫ ਜਿਹੜਾ ਕਿਤਾਬਾਂ ਤੋਂ ਹੀ ਜਿਹੜਾ ਪੜ੍ਹਾਇਆ ਜਾ ਰਿਹਾ ਸੀਗਾ, ਸਿਰਫ ਕਿਤਾਬਾਂ ਹੀ ਜਿਹੜੀਆਂ ਮੇਨ ਸੀਗੀਆਂ, ਸਿਰਫ ਕਿਤਾਬਾਂ ਤੋਂ ਜਿਹੜੇ ਬੱਚਿਆਂ ਨੂੰ ਜਿਹੜੇ ਰੱਟੇ ਆ ਉਹ ਲਗਵਾ ਦਿੱਤੇ ਜਾਂਦੇ ਸੀ, ਠੀਕ ਹੈ। ਉਹਨਾਂ ਨੂੰ ਪ੍ਰੈਕਟੀਕਲੀ ਜਿਹੜੀ ਨੌਲੇਜ ਹੈ ਉਹ ਨਹੀਂ ਸੀ ਦਿੱਤੀ ਜਾਂਦੀ। ਸੋ ਬੁੱਕ ਲਿਸਟ ਨੌਲੇਜ ਸੀਗੀ, ਕਿਤਾਬੀ ਗਿਆਨ ਸੀਗਾ ਸਿਰਫ। ਜ਼ਿਆਦਾਤਰ ਆਪਣੇ ਜਿਹੜੇ ਨੋਟਸ ਹੈ ਜੀ ਪੰਜਾਬੀ ਮੀਡੀਅਮ ਦੇ ਵਿੱਚ ਹੀ ਹੁੰਦੇ ਨੇ, ਕਿਉਂਕਿ ਜ਼ਿਆਦਾਤਰ ਜਿਹੜੇ ਬੱਚੇ ਨੇ ਉਹ ਵੀ ਜਿਹੜੇ ਪੰਜਾਬੀ ਮੀਡੀਅਮ ਦੇ ਵਿੱਚ ਹੀ ਨੇ। ਸੋ ਤਾਂ ਕਰਕੇ ਜਿਹੜੇ ਆ ਨੋਟਸ ਵੀ ਕਿਉਂਕਿ ਇੰਗਲਿਸ਼ ਦੇ ਵਿੱਚ ਬਹੁਤ ਸਾਰਾ ਜਿਹੜਾ ਮਟੀਰੀਅਲ ਪਹਿਲਾਂ ਹੀ ਅਵੈਲੀਏਬਲ ਹੈਗਾ ਯੂਟਿਊਬ 'ਤੇ, ਜੇਕਰ ਨਹੀਂ ਮਟੀਰੀਅਲ ਮਿਲ ਰਿਹਾ ਤਾਂ ਉਹ ਪੰਜਾਬੀ ਮੀਡੀਅਮ ਦੇ ਵਿੱਚ ਨਹੀਂ ਮਿਲ ਰਿਹਾ, ਤਾਂ ਇਸ ਕਰਕੇ ਜਿਹੜਾ ਪੰਜਾਬੀ ਮੀਡੀਅਮ ਨਾਲ ਸੰਬੰਧਿਤ ਹੀ ਜਿਹੜੇ ਮੈਂ ਨੋਟਸ ਹੈ ਜੀ ਉਹ ਅਪਲੋਡ ਕਰ ਰਹੀ ਹਾਂ ਜੀ ਲੈਂਗੁਏਜ ਦੇ ਵਿੱਚ। ਸੋ ਬੁੱਕ ਲਿਸਟ ਨੌਲੇਜ ਹੈ ਜੀ ਕਿਤਾਬੀ ਗਿਆਨ ਸੀਗਾ ਜੀ ਜਿਹੜਾ ਸਿਰਫ, ਠੀਕ ਹੈ ਜੀ, ਸਿਰਫ ਕਿਤਾਬਾਂ ਤੋਂ ਜਿਹੜੇ ਰੱਟੇ ਬੱਚਿਆਂ ਨੂੰ ਲਗਵਾਏ ਜਾਂਦੇ ਸੀ। ਸੋ ਉਸ ਚੀਜ਼ ਨੂੰ ਦੂਰ ਕਰਨ ਦੇ ਲਈ ਇਹਨਾਂ ਨੇ ਜਿਹੜਾ ਸੀਗਾ ਨੈਸ਼ਨਲ ਕੁਰੀਕਲਮ ਫਰੇਮਵਰਕ ਲੈ ਕੇ ਆਉਂਦਾ, NCF 2005 ਲੈ ਕੇ ਆਉਂਦਾ। ਨੈਕਸਟ ਚੀਜ਼ ਕੀ ਸੀਗਾ ਜੀ ਰੋਟ ਮੈਮਰੀ, ਰੱਟਾ ਪ੍ਰਕਿਰਿਆ ਬਹੁਤ ਜ਼ਿਆਦਾ ਸੀ, ਬੱਚੇ ਕੀ ਸੀ ਕਿਤਾਬਾਂ ਦੇ ਵਿੱਚੋਂ ਜਿਹੜਾ ਇੱਕ ਟੀਚਰ ਵੀ ਕਿਤਾਬਾਂ ਦੇ ਉੱਪਰ ਜੋ ਲਿਖਿਆ ਸੀ ਉਹੀ ਪੜ੍ਹਾ ਦਿੰਦੇ ਸੀ ਬੱਚੇ ਨੂੰ, ਅਤੇ ਬੱਚਾ ਵੀ ਉਹੀ ਜਿਹੜਾ ਕਿਤਾਬਾਂ ਦੇ ਵਿੱਚ ਲਿਖਿਆ ਸੀ ਉਹਨੂੰ ਪੜ੍ਹ ਕੇ ਅਤੇ ਐਗਜ਼ਾਮ ਦੇ ਵਿੱਚ ਲਿਖ ਦਿੰਦਾ ਸੀ। ਹੋਰ ਉਹਨੂੰ ਜਿਹੜੀ ਕੋਈ ਵੀ ਜਿਹੜੀ ਨੌਲੇਜ ਨਹੀਂ ਹੁੰਦੀ ਸੀ, ਬਸ ਉਹਨੇ ਰੱਟਾ ਲਗਾ ਉਹ ਲਗਾ ਲੈਂਦਾ ਸੀ ਬੱਚਾ, ਠੀਕ ਹੈ। ਇਸ ਚੀਜ਼ ਨੂੰ ਵੀ ਜਿਹੜਾ ਦੂਰ ਕਰਨ ਦੇ ਲਈ, ਠੀਕ ਹੈ, ਇਸ ਪ੍ਰੋਸੈਸ ਜਿਹੜਾ ਚੱਲ ਰਿਹਾ ਸੀ ਇਹਨੂੰ ਜਿਹੜਾ ਦੂਰ ਕਰਨ ਦੇ ਲਈ ਜਿਹੜਾ NCF 2005 ਲਿਆਂਦਾ ਗਿਆ, ਠੀਕ ਹੈ, ਉਹਨੂੰ ਜਿਹੜਾ ਹੈ ਸੁਸਾਇਟੀ ਦੇ ਨਾਲ ਰਿਲੇਟ ਕਰਕੇ, ਇਨਵਾਇਰਮੈਂਟ ਦੇ ਨਾਲ ਰਿਲੇਟ ਕਰਕੇ, ਲਾਈਫ ਦੇ ਨਾਲ ਰਿਲੇਟ ਕਰਕੇ ਜਿਹੜਾ ਪੜ੍ਹਾਉਣ ਦੇ ਲਈ ਜਿਹੜਾ NCF 2005 ਲੈ ਕੇ ਆਉਂਦਾ ਕਿ ਤਾਂ ਜੋ ਬੱਚੇ ਨੂੰ ਜਿਹੜਾ ਕਿਤਾਬਾਂ ਤੋਂ ਬਾਹਰ ਲੈ ਕੇ ਆਉਂਦਾ ਜਾਵੇ, ਅਤੇ ਉਹ ਜਿਹੜੀ ਰੱਟਾ ਜਿਹੜੀ ਉਹ ਲਗਾ ਰਿਹਾ ਤਾਂ ਉਸ ਚੀਜ਼ ਤੋਂ ਵੀ ਉਹਨੂੰ ਜਿਹੜਾ ਦੂਰ ਹੈ ਉਹ ਕੀਤਾ ਜਾਵੇ। ਥਰਡ ਹੈ ਜੀ ਇੰਟਰਵੀਨਿੰਗ ਵੇਰੀਏਬਲ, ਸੋ ਸਿੱਖਣ ਸਿਖਾਉਣ ਪ੍ਰਕਿਰਿਆ ਦੇ ਵਿਚਕਾਰ ਲੈ ਮਟੀਰੀਅਲ ਦੀ ਕਮੀ। ਸੋ ਇੱਥੇ ਕੀ ਸੀ ਜਿਹੜਾ ਮਟੀਰੀਅਲ ਸੀਗਾ ਜੀ ਉਹਦੇ ਵਿੱਚ ਵੀ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਕਮੀਆਂ ਸੀ, ਜਿਹਦੇ ਨਾਲ ਜਿਹੜਾ ਇੱਕ ਬੱਚੇ ਨੂੰ ਜਿਹੜੀ ਨੌਲੇਜ ਦੇਣੀ ਸੀਗੀ, ਠੀਕ ਆ, ਉਹ ਮਟੀਰੀਅਲ ਵੀ ਜਿਹੜਾ ਪ੍ਰੋਪਰ ਜਿਹੜਾ ਅਵੈਲੀਏਬਲ ਹੈ ਉਹ ਨਹੀਂ ਸੀ ਹੈਗਾ। ਜੇਕਰ ਆਪਾਂ ਸਕੂਲ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਵੀ ਉਹ ਮਟੀਰੀਅਲ ਹੈ ਹੀ ਨਹੀਂ ਸੀਗਾ,
ਜਿਹਦੇ ਨਾਲ ਬੱਚੇ ਨੂੰ ਜਿਹੜੀ ਪ੍ਰੈਕਟੀਕਲੀ ਨੌਲੇਜ ਦਿੱਤੀ ਜਾਵੇ, ਠੀਕ ਆ, ਉਹਦਾ ਜਿਹੜੀ ਆ ਕੋਗਨੇਟਿਵ ਉਹਦੀ ਡਿਵੈਲਪਮੈਂਟ ਕੀਤੀ ਜਾਵੇ, ਉਹਦਾ ਦਿਮਾਗ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਕੀਤੀ ਜਾਵੇ, ਤਾਂ ਜੋ ਖੁਦ ਸੋਚ ਸਕੇ, ਖੁਦ ਆਪਣੀ ਜਿਹੜੀ ਸੋਚ ਆ ਉਹਨੂੰ ਬਣਾ ਸਕੇ। ਸਿਰਫ ਬੱਚੇ ਕਿਸੇ ਕਿਤਾਬਾਂ ਤੋਂ ਰੱਟਾ ਲਾਉਣ ਤੱਕ ਹੀ ਜਿਹੜੀ ਉਹਨਾਂ ਦੀ ਜਿਹੜੀ ਸੋਚ ਆ ਉਹ ਸੀਮਤ ਸੀ, ਉਹਦੇ ਵਿੱਚ ਕ੍ਰੀਏਟਿਵਿਟੀ ਆਵੇ ਬੱਚੇ ਦੇ ਵਿੱਚ, ਬੱਚਾ ਜਿਹੜਾ ਹੈ ਖੁਦ ਜਿਹੜਾ ਉਹ ਸੋਚ ਸਕੇ, ਉਹ ਸਹੀ ਗਲਤ ਦੀ ਪਹਿਚਾਣ ਕਰ ਸਕੇ, ਉਹ ਉਹਦੇ ਵਿੱਚ ਕ੍ਰਿਟੀਕਲੀ ਜਿਹੜੀ ਕ੍ਰਿਟੀਕਲੀ ਜਿਹੜੀ ਥਿੰਕਿੰਗ ਹੈ ਉਹਦੀ ਜਿਹੜੀ ਹੈ ਡਿਵੈਲਪਮੈਂਟ ਹੋ ਸਕੇ, ਠੀਕ ਹੈ। ਸੋ ਇਹ ਜਿਹੜਾ ਮਟੀਰੀਅਲ ਸੀਗਾ, ਠੀਕ ਹੈ, ਬੱਚੇ ਨੂੰ ਜਿਹੜੀ ਹੈ ਪ੍ਰੈਕਟੀਕਲ ਜਾਂ ਲਾਈਫ ਦੇ ਨਾਲ ਰਿਲੇਟ ਕਰਕੇ ਪੜ੍ਹਾਉਂਦਾ, ਉਸ ਮਟੀਰੀਅਲ ਦੀ ਕਮੀ ਸੀ। ਇਸ ਕਮੀ ਨੂੰ ਦੂਰ ਕਰਨ ਦੇ ਲਈ NCF 2005 ਹੋਣ ਦੇ ਵਿੱਚ ਆਉਂਦਾ ਹੈ। ਨੈਕਸਟ ਆ ਜਾਓ ਜੀ 4 ਨੰਬਰ 'ਤੇ, ਸਮਾਂ ਸਾਰਨੀ ਸਮੱਸਿਆਵਾਂ। ਸੋ ਸਮਾਂ ਸਾਰਨੀ ਸਮੱਸਿਆ ਕਿ ਟਾਈਮ ਟੇਬਲ, ਜਿਹੜਾ ਟਾਈਮ ਟੇਬਲ ਸੀ ਸਕੂਲਾਂ ਦਾ ਉਹ ਜਿਹੜਾ ਫਲੈਕਸੀਬਲ ਹੈ ਉਹ ਨਹੀਂ ਸੀਗਾ, ਸਹੀ ਨਹੀਂ ਸੀਗਾ ਟਾਈਮ, ਠੀਕ ਹੈ। ਇੱਕ ਤੋਂ ਬਾਅਦ ਅਗਲਾ ਜਿਹੜਾ ਪੀਰੀਅਡ, ਉਸ ਤੋਂ ਬਾਅਦ ਅਗਲਾ ਪੀਰੀਅਡ, ਹੈ ਨਾ। ਸੋ ਸਮਾਂ ਸਾਰਨੀ ਦੇ ਵਿੱਚ ਵੀ ਜਿਹੜੀਆਂ ਸਮੱਸਿਆਵਾਂ ਸੀ, ਬੱਚਿਆਂ ਨੂੰ ਸਿਰਫ ਬਸ ਸਿਰਫ ਕਿਤਾਬਾਂ 'ਤੇ ਹੀ ਜਿਹੜਾ ਜ਼ੋਰ ਸੀਗਾ, ਕਿਤਾਬਾਂ ਦਾ ਸਿਲੇਬਸ ਪੂਰਾ ਕਰਨ 'ਤੇ ਜਿਹੜਾ ਪੂਰਾ ਜਿਹੜਾ ਜ਼ੋਰ ਹੈ ਉਹ ਦਿੱਤਾ ਜਾ ਰਿਹਾ ਸੀਗਾ। 2005 ਤੋਂ ਪਹਿਲਾਂ ਦੀ ਆਪਾਂ ਗੱਲ ਕਰ ਰਹੇ ਹਾਂ, ਆਪਾਂ ਹੁਣ ਦੀ ਗੱਲ ਨਹੀਂ ਕਰ ਰਹੀ, ਆਪਾਂ 2005 ਤੋਂ ਪਹਿਲਾਂ ਦੀ ਗੱਲ ਕਰਨੀ ਹੈ, ਕਿਉਂਕਿ NCF 2005 ਸੀ ਜਿਹੜਾ ਨੈਸ਼ਨਲ ਕੁਰੀਕੁਲਮ ਫਰੇਮਵਰਕ ਸੀ, ਇਹ 2005 ਦੇ ਵਿੱਚ ਹੁਣ ਵਿੱਚ ਇਹਨੂੰ ਜਿਹੜਾ ਲਾਗੂ ਹੈ ਉਹ ਕੀਤਾ ਗਿਆ ਸੀ, ਇਹ ਲੈ ਕੇ ਆਉਂਦਾ ਗਿਆ ਸੀਗਾ। ਉਸ ਤੋਂ ਪਹਿਲਾਂ ਦੀ ਆਪਾਂ ਗੱਲ ਕਰਨੀ ਕਿ ਪਹਿਲਾਂ ਦਾ ਮਾਹੌਲ ਕਿੱਦਾਂ ਦਾ ਸੀ, ਠੀਕ ਹੈ। ਹੁਣ ਤਾਂ ਬਹੁਤ ਜ਼ਿਆਦਾ ਜਿਹੜਾ ਚੇਂਜ ਆ ਚੁੱਕਿਆ ਵਾ, ਠੀਕ ਹੈ। ਅਤੇ ਸਮਾਂ ਸਾਰਨੀ ਸਮੱਸਿਆਵਾਂ ਸੀ, ਟਾਈਮ ਟੇਬਲ ਜਿਹੜਾ ਸੀ ਉਹ ਬਿਲਕੁਲ ਵੀ ਜਿਹੜਾ ਫਲੈਕਸੀ ਮਤਲਬ ਲਚਕੀਲਾ ਨਹੀਂ ਸੀਗਾ, ਠੀਕ ਹੈ। ਬਸ ਜਿਹੜਾ ਟਾਈਮ ਟੇਬਲ ਸੀ ਉਹ ਸਿਰਫ ਕਿਤਾਬਾਂ ਤੋਂ ਜਿਹੜਾ ਗਿਆਨ ਦੇਣ ਤੱਕ ਨਾਲ ਹੀ ਜਿਹੜਾ ਸੀਮਾ ਸੀਗਾ, ਇੱਕ ਤੋਂ ਬਾਅਦ ਇੱਕ ਕਿਤਾਬ, ਠੀਕ ਹੈ ਜੀ। ਸੋ ਫਲੈਕਸੀਬਲ ਨਹੀਂ ਸੀ ਹੈਗਾ ਜੀ ਟਾਈਮ ਟੇਬਲ, ਤਾਂ ਇਸ ਨੂੰ ਜਿਹੜਾ ਫਲੈਕਸੀਬਲ ਬਣਾਉਣ ਦੇ ਲਈ, ਟਾਈਮ ਟੇਬਲ ਨੂੰ ਫਲੈਕਸੀਬਲ ਬਣਾਉਣ ਦੇ ਲਈ NCF ਜਿਹੜਾ 2005 ਜਿਹੜਾ ਹੋਣ ਦੇ ਵਿੱਚ ਉਹ ਆਇਆ ਸੀਗਾ। ਨੈਕਸਟ ਹੈ ਜੀ 5 ਨੰਬਰ 'ਤੇ, ਇਹ ਤਾਂ ਹੈਗਾ ਜੀ ਫਿਜ਼ੀਕਲ ਪਨਿਸ਼ਮੈਂਟ। ਸੋ ਜਿਹੜੀ ਫਿਜ਼ੀਕਲ ਜਿਹੜੀ ਪਨਿਸ਼ਮੈਂਟ ਸੀਗੀ ਜੀ, ਉਹ ਜਿਹੜੀ ਸਰੀਰਕ ਜਿਹੜੀ ਸਜ਼ਾ ਜਿਹੜੀ ਦਿੱਤੀ ਜਾ ਰਹੀ ਸੀ, ਹੈ ਨਾ, ਬੱਚਿਆਂ ਨੂੰ ਜਿਹੜਾ ਸਕੂਲਾਂ ਦੇ ਵਿੱਚ ਜਿਹੜਾ ਕੁੱਟਿਆ ਜਾ ਰਿਹਾ ਸੀਗਾ, ਹੈ ਨਾ, ਜਦੋਂ ਨਹੀਂ ਸੀ ਉਹਨਾਂ ਦੇ ਚੰਗੇ ਜਿਹੜੇ ਮਾਰਕਸ ਆਉਂਦੇ ਸੀ, ਉਸ ਟਾਈਮ 'ਤੇ ਜਿਹੜੀ ਸਿਰਫ ਸੋਚ ਸੀ ਸਿਰਫ ਮਾਰਕਸ ਲੈਣ ਤੱਕ ਸੀ, ਨੰਬਰ ਲੈਣ ਤੱਕ ਸੀ, ਬੱਚੇ ਦੀ ਜਿਹੜੀ ਸੋਚ ਜਿਹੜੀ ਡਿਵੈਲਪ ਹੋਣ ਤੱਕ ਉਹ ਨਹੀਂ ਸੀ, ਸਿਰਫ ਰੱਟਾ ਕਿਤਾਬਾਂ, ਠੀਕ ਆ, ਕੋਈ ਸਮਾਂ ਸਾਰਨੀ ਨਹੀਂ, ਕੋਈ ਮਟੀਰੀਅਲ ਨਹੀਂ ਸੀ, ਅਤੇ ਪਨਿਸ਼ਮੈਂਟ ਬੱਚਿਆਂ ਨੂੰ ਦਿੱਤੀ ਜਾ ਰਹੀ ਸੀ। ਸੋ ਜਿਹੜੀ ਪਨਿਸ਼ਮੈਂਟ ਦਿੱਤੀ ਜਾ ਰਹੀ ਸੀ ਬੱਚਿਆਂ ਨੂੰ ਇਹ ਵਾਲੀ, ਇਹਦੇ ਕਰਕੇ ਕੀ ਹੋ ਰਿਹਾ ਸੀ, ਕੁਝ ਬੱਚੇ ਤਾਂ ਜਿਹੜੇ ਸਕੂਲ ਆ ਉਹ ਹੀ ਛੱਡ ਜਾ ਰਹੇ ਸੀਗੇ, ਕਿ ਉਹ ਸਕੂਲ ਆਉਣਾ ਹੀ ਬੰਦ ਕਰ ਦਿੰਦੇ ਸੀਗੇ, ਹੈ ਨਾ, ਛੁੱਟੀਆਂ ਕਰਦੇ ਸੀ ਬੱਚੇ ਡਰੋਪ ਆਊਟ ਹੋ ਜਾਂਦੇ ਸੀ ਸਕੂਲ ਛੱਡ ਕੇ ਉਹ, ਹੈ ਨਾ, ਸਜ਼ਾ ਦੇ ਡਰ ਤੋਂ, ਹੈ ਨਾ, ਟੈਸਟ ਨਹੀਂ ਆਉਂਦਾ ਤਾਂ ਬੱਚਾ ਸਕੂਲ ਨਹੀਂ ਗਿਆ। ਸੋ ਇਹ ਫਿਜ਼ੀਕਲ ਜਿਹੜੀ ਪਨਿਸ਼ਮੈਂਟ ਸੀ ਇਸ ਨੂੰ ਦੂਰ ਕਰਨ ਦੇ ਲਈ ਵੀ NCF ਜਿਹੜਾ 2005 ਹੈ ਉਹ ਹੋਣ ਦੇ ਵਿੱਚ ਆ ਗਿਆ, ਕਿ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਬੱਚੇ ਨੂੰ ਜਿਹੜੀ ਫਿਜ਼ੀਕਲ ਜਿਹੜੀ ਪਨਿਸ਼ਮੈਂਟ ਆ ਉਹ ਨਹੀਂ ਦਿੱਤੀ ਜਾਵੇਗੀ। 6 ਨੰਬਰ 'ਤੇ, ਉਸ ਟਾਈਮ 'ਤੇ ਆਪਾਂ ਜੇਕਰ ਗੱਲ ਕਰੀਏ ਤਾਂ ਸਕੂਲਾਂ ਦੀ ਦੂਰੀ ਸੀ, ਸਕੂਲ ਜਿਹੜੇ ਸੀ ਉਹ ਡਿਸਟੈਂਸ 'ਤੇ ਸੀਗੇ, ਠੀਕ ਆ, ਉਹ ਦੂਰ ਸੀਗੇ, ਤਾਂ ਉੱਥੇ ਜਿਹੜੀ ਬੱਚਿਆਂ ਦੀ ਜਿਹੜੀ ਪਹੁੰਚ ਆ ਉਹ ਨਹੀਂ ਸੀ ਹੋ ਪਾ ਰਹੀ, ਕਿ ਬੱਚੇ ਜਿਹੜੇ ਆ ਉੱਥੇ ਜਿਹੜੇ ਆ ਪਹੁੰਚ ਸਕਣ, ਠੀਕ ਹੈ। ਉਸ ਟਾਈਮ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੀ ਇੱਕ ਇਕਨੋਮਿਕ ਜਿਹੜੀ ਕੰਡੀਸ਼ਨ ਸੀ ਉਹ ਵੀ ਜ਼ਿਆਦਾ ਇੰਨੀ ਜ਼ਿਆਦਾ ਵਧੀਆ ਨਹੀਂ ਸੀਗੀ, ਸੋ ਸਕੂਲਾਂ ਦੀ ਦੂਰੀ ਸੀਗੀ, ਸੋ ਜਿਸ ਕਰਕੇ ਵੀ ਜਿਹੜੇ ਬੱਚੇ ਜਿਹੜੇ ਸਕੂਲ ਨਹੀਂ ਸੀ ਜਾ ਪਾ ਰਹੇ, ਤਾਂ ਇਹ ਜਿਹੜੀ ਦੂਰੀ ਸੀ ਇਸ ਨੂੰ ਘੱਟ ਕਰਨ ਦੇ ਲਈ ਜਿਹੜਾ NCF 2005 ਹੈ ਉਹ ਹੋਣ ਦੇ ਵਿੱਚ ਆਇਆ। ਸੋ 7 ਨੰਬਰ ਹੈ ਜੀ, ਟੀਚਰ ਸੈਂਟਰਡ ਅਪਰੋਚ ਹੈ ਜੀ।
ਸੋ ਜਿੰਨਾ ਵੀ ਕੋਜ ਹੈ ਜੋ ਕੁਝ ਵੀ ਗਤੀਵਿਧੀਆਂ ਹੁੰਦੀਆਂ ਸੀ ਐਕਟੀਵਿਟੀਜ਼, ਉਹ ਐਕਟੀਵਿਟੀਜ਼ ਤਾਂ ਉਸ ਟਾਈਮ ਦੀਆਂ ਹੁੰਦੀਆਂ ਨਹੀਂ ਸੀ, ਸਿਰਫ ਜਿਹੜੀਆਂ ਬੁੱਕ ਸੀਗੀਆਂ, ਬੁੱਕ ਦੇ ਵਿੱਚ ਜੋ ਲਿਖਿਆ ਜੋ ਸਿਲੇਬਸ ਸੀ ਉਹ ਟੀਚਰ ਜਿਹੜਾ ਕਲਾਸ ਦੇ ਵਿੱਚ ਆਣ ਕੇ ਜਿਹੜਾ ਪੜ੍ਹਾ ਦਿੰਦਾ ਸੀ ਬੱਚਿਆਂ ਨੂੰ, ਹੈ ਨਾ। ਜਿਵੇਂ ਟੀਚਰ ਨੇ ਕਿਹਾ ਬੱਚਿਆਂ ਦੀ ਗੱਲ ਨਹੀਂ ਸੀ ਸੁਣੀ ਜਾਂਦੀ, ਟੀਚਰ ਆਪਣੇ ਅਕੋਰਡਿੰਗ ਜਿਹੜਾ ਸਾਰਾ ਕੁਛ ਜਿਹੜਾ ਪੜ੍ਹਾਉਂਦਾ ਸੀ, ਜਿਵੇਂ ਟੀਚਰ ਨੇ ਕਿਹਾ ਤਾਂ ਬੱਚੇ ਨੂੰ ਉਵੇਂ ਹੀ ਕਰਨਾ ਪੈਂਦਾ ਸੀਗਾ। ਸੋ ਟੀਚਰ ਸੈਂਟਰਡ ਅਪਰੋਚ ਸੀ। ਇਸ ਟੀਚਰ ਸੈਂਟਰ ਅਪਰੋਚ 'ਤੇ ਜਿਹੜੀ ਹੈ ਰੋਕ ਲਗਾਉਣ ਦੇ ਲਈ ਜਿਹੜਾ NCF 2005 ਦੇ 5 ਹੋਣ ਦੇ ਵਿੱਚ ਆਇਆ। ਜੇਕਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਗੱਲ ਕਰੀਏ ਕਿ ਅੱਜ ਦੇ ਟਾਈਮ ਦੇ ਵਿੱਚ ਕਿਹੜੀ ਅਪਰੋਚ ਸਭ ਤੋਂ ਸਹੀ ਮੰਨੀ ਜਾਂਦੀ ਹੈ ਜਾਂ ਕਿਹੜੀ ਲਾਗੂ ਹੈ ਸਕੂਲਾਂ ਦੇ ਵਿੱਚ, ਤਾਂ ਤੁਸੀਂ ਜੇਕਰ ਤੁਹਾਨੂੰ ਆਪਸ਼ਨ ਆ ਜਾਂਦੀਆਂ ਚਾਰ ਤਾਂ ਉਹਦੇ ਵਿੱਚ ਤੁਸੀਂ ਟਿੱਕ ਕਰਨਾ ਹੈ ਜੀ ਚਾਈਲਡ ਸੈਂਟਰ ਅਪਰੋਚ 'ਤੇ, ਕਿਉਂਕਿ ਜਿੰਨੀ ਵੀ ਜਿਹੜੀ ਸਟੱਡੀ ਬੱਚੇ ਨੂੰ ਜਿਹੜੀ ਕਰਵਾਈ ਜਾਂਦੀ ਹੈ, ਠੀਕ ਆ, ਜੋ ਕੁਝ ਵੀ ਪੜ੍ਹਾਇਆ ਜਾਂਦਾ ਕਲਾਸ ਦੇ ਵਿੱਚ ਸਕੂਲ ਦੇ ਵਿੱਚ, ਸਾਰਾ ਕੁਝ ਹੀ ਜਿਹੜਾ ਬੱਚੇ ਨੂੰ ਧਿਆਨ ਦੇ ਵਿੱਚ ਬੱਚੇ ਨੂੰ ਸੈਂਟਰ ਦੇ ਵਿੱਚ ਰੱਖ ਕੇ ਜਿਹੜਾ ਪੜ੍ਹਾਇਆ ਹੈ ਉਹ ਜਾਵੇਗਾ, ਠੀਕ ਹੈ ਜੀ। ਸੋ ਇਹ ਜਿਹੜੀ ਚਾਈਲਡ ਸੈਂਟਰਡ ਅਪਰੋਚ ਜਿਹੜੀ ਲਾਗੂ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਸਕੂਲਾਂ ਦੇ ਵਿੱਚ, ਠੀਕ ਹੈ ਜੀ। ਇਹ ਹੈ ਜੀ ਕੁਰੀਕਲਮ ਕਿਉਂ ਲਿਆਂਦਾ ਗਿਆ, ਇਹਦੀਆਂ ਜਿਹੜੀਆਂ ਕਿਹੜੀਆਂ ਕਿਹੜੀਆਂ ਜਿਹੜੀਆਂ ਇਹਦੀਆਂ ਜਿਹੜੀਆਂ ਪ੍ਰੋਬਲਮ ਸੀ ਜਿਨ੍ਹਾਂ ਦੇ ਕਰਕੇ ਇਹ ਹੋਣ ਦੇ ਵਿੱਚ ਆਇਆ। ਸੋ ਟੀਚਰ ਸੈਂਟਰ ਦੇ ਵਿੱਚ ਬੱਚੇ ਨੂੰ ਬਿਲਕੁਲ ਵੀ ਉਹਦੀ ਜਿਹੜੀ ਆ ਗੱਲ ਨਹੀਂ ਸੀ ਸੁਣੀ ਜਾਂਦੀ, ਉਹਦੇ ਵਿਚਾਰ ਨਹੀਂ ਸੀ ਸੁਣੇ ਜਾਂਦੇ, ਸਿਰਫ ਟੀਚਰ ਦੇ ਅਕੋਰਡਿੰਗ ਹੀ ਬੱਚੇ ਨੂੰ ਜਿਹੜਾ ਚੱਲਣਾ ਪੈਂਦਾ ਸੀ। ਸੋ ਇਸ ਚੀਜ਼ ਨੂੰ ਜਿਹੜਾ ਦੂਰ ਕਰਨ ਦੇ ਲਈ NCF 2005 ਹੋਣ ਦੇ ਵਿੱਚ ਆਇਆ ਸੀ। ਸੋ ਇਹ 7 ਜਿਹੜੇ ਪੁਆਇੰਟ ਸੀਗੇ, ਜਿਹੜੀਆਂ ਪ੍ਰੋਬਲਮ ਸੀਗੀਆਂ, ਸਮੱਸਿਆਵਾਂ ਸੀ ਜਿਨ੍ਹਾਂ ਦੇ ਕਰਕੇ NCF 2005 ਹੋਣ ਦੇ ਵਿੱਚ ਆਉਂਦਾ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਫੀਚਰਸ ਕੀ ਨੇ, ਠੀਕ ਹੈ। ਹੁਣ NCF 2005 ਦੇ ਜਿਹੜੇ ਫੀਚਰ ਆ ਉਹ ਕਿਹੜੇ ਕਿਹੜੇ ਨੇ, ਠੀਕ ਹੈ, ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ। ਫਸਟ ਹੈ ਜੀ ਚਾਈਲਡ ਸੈਂਟਰਡ ਐਜੂਕੇਸ਼ਨ, ਚਾਈਲਡ ਸੈਂਟਰਡ ਹੁਣੇ ਹੀ ਆਪਾਂ ਗੱਲ ਕਰਕੇ ਆਏ ਹਾਂ ਉੱਪਰ, ਚਾਈਲਡ ਸੈਂਟਰਡ ਐਜੂਕੇਸ਼ਨ ਹੋਵੇਗੀ, ਬੱਚੇ ਨੂੰ ਧਿਆਨ ਦੇ ਵਿੱਚ ਜਿਹੜਾ ਰੱਖ ਕੇ ਜਿਹੜਾ ਪੜ੍ਹਾਇਆ ਜਾਵੇਗਾ, ਬੱਚੇ ਨੂੰ ਧਿਆਨ ਦੇ ਵਿੱਚ ਰੱਖ ਕੇ ਪੜ੍ਹਾਉਣਾ ਚਾਈਲਡ ਸੈਂਟਰਡ ਐਜੂਕੇਸ਼ਨ ਹੋਵੇਗੀ, ਠੀਕ ਹੈ। ਬੱਚੇ 'ਤੇ ਜਿਹੜਾ ਫੋਕਸ ਕੀਤਾ ਜਾਵੇਗਾ, ਬੱਚਾ ਕੀ ਸੋਚ ਰਿਹਾ ਵਾ, ਹੈ ਨਾ, ਸੋ ਬੱਚੇ ਦੇ ਕੀ ਕੁਐਸਚਨ ਨੇ, ਠੀਕ ਹੈ, ਬੱਚਾ ਕਿਸ ਤਰੀਕੇ ਦੇ ਨਾਲ ਪੜ੍ਹਨਾ ਚਾਹੁੰਦਾ ਹੈ, ਸੋ ਉਸ ਚੀਜ਼ ਨੂੰ ਸਭ ਨੂੰ ਧਿਆਨ ਦੇ ਵਿੱਚ ਰੱਖ ਕੇ ਬੱਚੇ ਨੂੰ ਪੜ੍ਹਾਇਆ ਜਾਵੇਗਾ। ਚਾਈਲਡ ਸੈਂਟਰਡ ਐਜੂਕੇਸ਼ਨ ਦੇ ਰਾਹੀਂ ਬੱਚੇ ਨੂੰ ਪੜ੍ਹਾਇਆ ਜਾਵੇ। ਸੈਕਿੰਡ ਹੈ ਜੀ ਲਰਨਿੰਗ ਵਿਦਆਊਟ ਬਰਡਨ, ਲਰਨਿੰਗ ਜਿਹੜੀ ਵੀ ਜੋ ਵੀ ਕੁਝ ਬੱਚੇ ਨੂੰ ਸਿਖਾਇਆ ਜਾਣਾ ਚਾਹੀਦਾ ਉਹ ਬਿਨਾਂ ਬੋਝ ਤੋਂ ਸਿਖਾਇਆ ਜਾਣਾ ਚਾਹੀਦਾ। ਪੁਰਾਣੇ ਟਾਈਮ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪੁਰਾਣੇ ਟਾਈਮ ਦੇ ਵਿੱਚ ਜਦ ਸਕੂਲ ਦੇ ਵਿੱਚ ਜਾਂਦੇ ਸੀ ਤਾਂ 8 ਜਿਹੜੇ ਉਹ 8 ਕਿ 9 ਜਿਹੜੇ ਪੀਰੀਅਡ ਹੁੰਦੇ ਸੀ ਜਦੋਂ ਆਪਾਂ ਜਿਹੜੀ ਸਟੱਡੀ ਹਾਸਲ ਕੀਤੀ ਹੈ। ਸੋ ਉਦੋਂ ਕੀ ਹੁੰਦਾ ਸੀ ਹਰ ਇੱਕ ਟੀਚਰ ਹਰ ਇੱਕ ਪੀਰੀਅਡ ਦੇ ਵਿੱਚ ਇੰਨਾ ਕੁ ਜ਼ਿਆਦਾ ਜਿਹੜਾ ਸਿਲੇਬਸ ਹੁੰਦਾ ਹੁੰਦਾ ਸੀ, ਸਾਰੇ ਆਪਣਾ ਆਪਣਾ ਜਿਹੜਾ ਹੈ ਉਹ ਟੈਸਟ ਦੇ ਦਿੰਦੇ ਹੁੰਦੇ ਸੀ। ਅਗਲੇ ਦਿਨ ਤਾਂ 7-8 ਟੈਸਟ ਹੁੰਦੇ ਸੀਗੇ, ਠੀਕ ਆ, ਬੱਚਾ ਕਿਹੜਾ ਕਿਹੜਾ ਜਿਹੜਾ ਟੈਸਟ ਹੈ ਉਹਨੂੰ ਜਿਹੜਾ ਯਾਦ ਕਰੇ, ਹੈ ਨਾ, ਇੱਕ ਜਿਹੜੀ ਬੱਚੇ 'ਤੇ ਜਿਹੜਾ ਬੋਝ ਜਿਹੜਾ ਉਹ ਬਣ ਜਾਂਦਾ ਸੀਗਾ, ਹੈ ਨਾ। ਸੋ ਇਹਨਾਂ ਨੇ ਕੀ ਕੀਤਾ NCF 2005 ਦੀ ਆਪਾਂ ਗੱਲ ਕਰੀਏ ਕੀ ਕੀਤਾ ਕਿ ਲਰਨਿੰਗ ਜਿਹੜੀ ਹੋਣੀ ਚਾਹੀਦੀ ਹੈ ਨਾ, ਜਿਹੜੀ ਸਿੱਖਿਆ ਹੋਣੀ ਚਾਹੀਦੀ ਹੈ ਉਹ ਵਿਦਆਊਟ ਬਰਡਨ ਹੋਣੀ ਚਾਹੀਦੀ। ਇਹ ਨਾ ਹੋਵੇ ਬੱਚੇ 'ਤੇ ਇੰਨਾ ਕੁ ਜ਼ਿਆਦਾ ਬੋਝ ਪੈ ਜਾਵੇ ਕਿ ਉਹਦੀ ਜਿਹੜੀ ਕੋਗਨੇਟਿਵ ਜਿਹੜੀ ਡਿਵੈਲਪਮੈਂਟ ਹੀ ਨਾ ਹੋ ਸਕੇ, ਉਹਦੀ ਕ੍ਰਿਟੀਕਲੀ ਜਿਹੜੀ ਥਿੰਕਿੰਗ ਉਹ ਵੀ ਉਹਦੀ ਜਿਹੜੀ ਡਿਵੈਲਪਮੈਂਟ ਨਾ ਹੋ ਸਕੇ। ਸੋ ਬਿਨਾਂ ਬੋਝ ਤੋਂ ਜਿਹੜੀ ਸਿੱਖਿਆ ਹੋਣੀ ਚਾਹੀਦੀ ਹੈ, ਲਰਨਿੰਗ ਵਿਦਆਊਟ ਜਿਹੜੀ ਬਰਡਨ ਹੈ ਉਹ ਹੋਣੀ ਚਾਹੀਦੀ ਹੈ। ਥਰਡ ਹੈ ਜੀ ਲਾਈਫ ਰਿਲੇਟਡਨੈਸ ਐਜੂਕੇਸ਼ਨ। ਸੋ ਲਾਈਫ ਆਪਣੀ ਜਿਹੜੀ ਜ਼ਿੰਦਗੀ ਹੈ ਜਿੱਥੇ, ਹੈ ਨਾ, ਆਪਣੇ ਜੀਵਨ ਦੇ ਨਾਲ, ਆਪਣੀ ਜ਼ਿੰਦਗੀ ਨਾਲ, ਆਪਣੇ ਆਲੇ ਦੁਆਲੇ ਦੇ ਮਾਹੌਲ ਦੇ ਨਾਲ, ਠੀਕ ਹੈ, ਇਨਵਾਇਰਮੈਂਟ ਦੇ ਨਾਲ ਜਿੱਥੇ ਆਪਾਂ ਰਹਿ ਰਹੇ ਹਾਂ ਉਹਦੇ ਨਾਲ ਰਿਲੇਟ ਕਰਕੇ ਜਿਹੜੀ ਐਜੂਕੇਸ਼ਨ ਆ, ਜਿਹੜੀ ਸਿੱਖਿਆ ਹੈ ਉਹ ਇੱਕ ਜਿਹੜੀ ਬੱਚੇ ਨੂੰ ਜਿਹੜੀ ਆ ਦਿੱਤੀ ਜਾਣੀ ਚਾਹੀਦੀ ਆ।
ਜੇਕਰ ਵਾਤਾਵਰਣ ਹੀ ਨਹੀਂ ਹੈਗਾ, ਠੀਕ ਹੈ, ਜਾਂ ਉਹਨੂੰ ਬੱਚੇ ਨੂੰ ਜੋ ਕੁਝ ਸਿਖਾਇਆ ਜਾ ਰਿਹਾ ਉਹਨਾਂ ਦਾ ਜਿਹੜਾ ਲਾਈਫ ਦੇ ਨਾਲ ਕੋਈ ਜਿਹੜਾ ਸੰਬੰਧਿਤ ਹੀ ਨਹੀਂ ਹੈਗੀ, ਤਾਂ ਫਿਰ ਜਿਹੜਾ ਬੱਚੇ ਨੂੰ ਬਹੁਤ ਔਖਿਆਈ ਆਉਂਦੀ ਹੈ ਨਾ ਸਿੱਖਣ ਦੇ ਵਿੱਚ। ਤਾਂ ਲਾਈਫ ਰਿਲੇਟਡਨੈਸ ਹੋਣੀ ਚਾਹੀਦੀ ਹੈ, ਜ਼ਿੰਦਗੀ ਦੇ ਨਾਲ ਰਿਲੇਟ ਕਰਕੇ ਜਿਹੜੀ ਬੱਚੇ ਨੂੰ ਜਿਹੜੀ ਐਜੂਕੇਸ਼ਨ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ। ਨੈਕਸਟ ਹੈ ਜੀ 4 ਨੰਬਰ 'ਤੇ ਹੈ ਜੀ ਇਨਫੋਰਮੇਸ਼ਨ ਵਰਸਸ ਨੌਲੇਜ, ਮਤਲਬ ਕਿ ਗਿਆਨ। ਇਹਦੇ ਵਿੱਚ ਆਪਣਾ ਜਿਹੜਾ ਗਿਆਨ ਕਰਨਾ, ਇਨਫੋਰਮੇਸ਼ਨ ਨਹੀਂ ਦੇਣੀ ਆਪਾਂ ਬੱਚੇ ਨੂੰ, ਜੇ ਇਨਫੋਰਮੇਸ਼ਨ ਨਹੀਂ ਦੇਣੀ ਆਪਾਂ ਨੂੰ ਬੱਚੇ ਨੂੰ, ਇਹ ਗਲਤ ਹੈ, ਠੀਕ ਹੈ ਜੀ। ਨੌਲੇਜ ਦੇਣੀ ਹੈ ਬੱਚੇ ਨੂੰ। ਸੋ NCF ਅਨੁਸਾਰ ਬੱਚਿਆਂ ਦੀ ਐਜੂਕੇਸ਼ਨ ਨੌਲੇਜ ਬੇਸਡ ਹੋਣੀ ਚਾਹੀਦੀ ਹੈ, ਇਨਫੋਰਮੇਸ਼ਨ ਨਹੀਂ ਹੋਣੀ ਚਾਹੀਦੀ। ਸੋ ਜਿੰਨੀ ਵੀ ਐਜੂਕੇਸ਼ਨ ਬੱਚੇ ਨੂੰ ਦਿੱਤੀ ਜਾਵੇ, ਜਿੰਨਾ ਵੀ ਕੁਝ ਸਿਖਾਇਆ ਜਾਵੇ ਬੱਚੇ ਨੂੰ, ਉਹ ਨੌਲੇਜ ਬੇਸਡ ਹੋਣਾ ਚਾਹੀਦਾ ਹੈ, ਠੀਕ ਹੈ। ਉਹਦੇ ਨਾਲ ਬੱਚੇ ਨੂੰ ਜਿਹੜੀ ਨੌਲੇਜ ਮਿਲੇ, ਇਹ ਨਾ ਹੋਵੇ ਕਿ ਆਪਾਂ ਬੱਚੇ ਨੂੰ ਜਿਹੜੀ ਇਹ ਸੂਚਨਾ ਹੈ ਉਹ ਦੇ ਦਈਏ। ਸੂਚਨਾ ਨਹੀਂ ਦੇਣੀ, ਬੱਚੇ ਨੂੰ ਨੌਲੇਜ ਦੇਣੀ ਹੈ। ਨੈਕਸਟ ਹੈ ਜੀ ਫਲੈਕਸੀਬਲ, ਫਲੈਕਸੀਬਲ ਲਰਨਿੰਗ ਹੋਣੀ ਚਾਹੀਦੀ ਹੈ ਜੀ, ਫਲੈਕਸੀਬਲ ਲਰਨਿੰਗ। ਸੋ ਫਲੈਕਸੀਬਲ, ਲਚਕੀਲਾਪਣ ਹੋਣਾ ਚਾਹੀਦਾ ਸਿਖਾਉਣ ਦੇ ਵਿੱਚ। ਇਹ ਨਾ ਹੋਵੇ ਕਿ ਇੱਕ ਟੀਚਰ ਜਿਹੜਾ ਕਲਾਸ ਦੇ ਵਿੱਚ ਗਿਆ ਉਹ ਇੱਕ ਮੈਥਡ ਦੇ ਰਾਹੀਂ ਬੱਚਿਆਂ ਨੂੰ ਸੋਚ ਕੇ ਜਾਂਦਾ ਕਿ ਮੈਂ ਇਸ ਮੈਥਡ ਦੇ ਰਾਹੀਂ ਬੱਚਿਆਂ ਨੂੰ ਕਲਾਸ ਦੇ ਵਿੱਚ ਪੜ੍ਹਾਵਾਂਗਾ, ਉਹ ਕਲਾਸ ਦੇ ਵਿੱਚ ਜਾਂਦਾ, ਕਲਾਸ ਦੇ ਵਿੱਚ ਉਸ ਮੈਥਡ ਦੇ ਰਾਹੀਂ ਪੜ੍ਹਾਉਂਦਾ ਹੈ, ਬਟ ਉਹ ਦੇਖਦਾ ਹੈ ਕਿ ਬੱਚੇ ਜਿਹਨਾਂ ਨੂੰ ਜਿਹੜੀ ਸਮਝ ਹੈ ਉਹ ਨਹੀਂ ਲੱਗ ਰਹੀ, ਤਾਂ ਉਸ ਟਾਈਮ 'ਤੇ ਕਿ ਉਹ ਆਪਣਾ ਮੈਥਡ ਨੂੰ ਚੇਂਜ ਕਰੇਗਾ, ਠੀਕ ਹੈ, ਚੇਂਜ ਕਰੇ ਤਾਂ ਕਰੇਗਾ ਅਤੇ ਫਿਰ ਜਿਹੜੀ ਆ ਉਹ ਜਿਹਦੇ ਨਾਲ ਬੱਚਿਆਂ ਨੂੰ ਸਮਝ ਲੱਗ ਸਕੇ। ਤਾਂ ਇਹ ਕੀ ਹੈ ਜੀ ਫਲੈਕਸੀਬਲ ਲਰਨਿੰਗ। ਸੋ ਜਿਹੜੀ ਲਰਨਿੰਗ ਹੈ ਜੀ ਇਹ ਫਲੈਕਸੀਬਲ ਹੋਣੀ ਚਾਹੀਦੀ ਹੈ, ਠੀਕ ਹੈ। ਫਲੈਕਸੀਬਲ ਲਰਨਿੰਗ ਹੋਵੇਗੀ ਫਿਰ ਹੀ ਜਿਹੜਾ ਬੱਚਾ ਜੀ ਉਹ ਪ੍ਰੋਪਰ ਜਿਹੜਾ ਸਿੱਖ ਸਕੇਗਾ, ਅਤੇ ਟੀਚਰ ਨੂੰ ਵੀ ਆਪਣੇ ਜਿਹੜੇ ਆ, ਜੇਕਰ ਬੱਚੇ ਨੂੰ ਕਲਾਸ ਦੇ ਵਿੱਚ ਸਮਝ ਨਹੀਂ ਆ ਰਹੀ ਤਾਂ ਉਹਨੂੰ ਆਪਣੇ ਜਿਹੜੇ ਮੈਥਡ ਹੈ ਜੀ ਉਹ ਚੇਂਜ ਕਰਨੇ ਉਹ ਪੈਣਗੇ। ਤਾਂ ਫਲੈਕਸੀਬਲ ਲਰਨਿੰਗ ਹੋਣੀ ਚਾਹੀਦੀ ਹੈ। 6 ਹੈ ਜੀ ਡੈਮੋਕਰੇਟਿਕ ਵੇ ਹੋਣਾ ਚਾਹੀਦਾ, ਲੋਕਤੰਤਰਿਕ ਜਿਹੜਾ ਤਰੀਕੇ ਦੇ ਨਾਲ ਜਿਹੜੀ ਸਟੱਡੀ ਆ ਹੋਣੀ ਚਾਹੀਦੀ ਹੈ, ਸਾਰੇ ਬੱਚਿਆਂ ਦੇ ਨਾਲ ਬਿਨਾਂ ਕਿਸੇ ਭੇਦਭਾਵ ਦੇ ਉਹਨਾਂ ਨੂੰ ਜਿਹੜਾ ਸਿਖਾਇਆ ਉਹ ਜਾਣਾ ਚਾਹੀਦਾ, ਸਿਖਾਇਆ ਜਾਣਾ ਚਾਹੀਦਾ। ਕਿਸੇ ਵੀ ਬੱਚੇ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਿਹੜਾ ਭੇਦਭਾਵ ਹੈ ਉਹ ਨਹੀਂ ਕੀਤਾ ਜਾਣਾ ਚਾਹੀਦਾ। ਸੋ ਡੈਮੋਕਰੇਟਿਕ ਵੇ ਦੇ ਵਿੱਚ ਜਿਹੜੀ ਸਟੱਡੀ ਆ ਉਹ ਹੋਣੀ ਚਾਹੀਦੀ ਹੈਗੀ ਹੈ। ਨੈਕਸਟ ਆ ਜਾਓ ਜੀ, ਇਹ ਹੈਗੇ ਸੀਗੇ ਜੀ ਫੀਚਰ ਜਿਹੜੇ ਆਪਾਂ ਕੀਤੇ ਨੇ। ਹੁਣ ਆਪਾਂ ਕੁਝ ਜਿਹੜੀ ਅੱਗੇ ਵੀ ਫੀਚਰਸ ਨੇ, ਬਟ ਕੁਝ ਆਪਾਂ ਜਿਹੜੀ ਗੱਲ ਕਰਾਂਗੇ NCF ਦੇ ਬਾਰੇ ਦੇ ਵਿੱਚ। NCF ਜਿਹੜੀਆਂ 3 ਚੀਜ਼ਾਂ ਦੀ ਜਿਹੜੀ ਗੱਲ ਹੈ ਉਹ ਕਰਦਾ, ਜੇਕਰ ਆਪਾਂ NCF ਦੀ ਗੱਲ ਕਰੀਏ ਤਾਂ ਇਹ 3 ਚੀਜ਼ਾਂ ਦੀ ਜਿਹੜੀ ਗੱਲ ਹੈ ਕਰਦਾ NCF, 3 ਚੀਜ਼ਾਂ ਦੀ ਗੱਲ ਕਰਦਾ। ਕਿਹੜੀਆਂ ਕਿਹੜੀਆਂ ਜੀ 3 ਚੀਜ਼ਾਂ? 3 ਮੇਨ ਪਿੱਲਰਸ NCF 2005। ਸੋ 3 ਜਿਹੜੇ ਪਿੱਲਰਸ ਆ ਉਹ ਕਿਹੜੇ ਨੇ? ਇੱਕ ਤਾਂ ਹੈਗਾ ਜੀ ਕੰਟੀਨਿਊਟੀ, ਠੀਕ ਹੈ, ਇੱਕ ਹੈਗਾ ਜੀ ਕੁਆਲਿਟੀ, ਇੱਕ ਹੈਗਾ ਜੀ ਇਕੁਆਲਿਟੀ, ਠੀਕ ਹੈ ਜੀ। ਇਹ 3 ਜਿਹੜੇ ਇਹਦੇ ਜਿਹੜੇ ਪਿੱਲਰ ਨੇ ਜਿਨ੍ਹਾਂ 'ਤੇ NCF ਜਿਹੜਾ ਹੈ ਉਹ, ਮਤਲਬ ਕਿ 3 ਜਿਹੜੀਆਂ ਮੇਨ ਜਿਹੜੇ ਪਿੱਲਰਸ ਨੇ NCF ਦੇ, 3 ਮੇਨ ਜਿਹੜੀਆਂ ਗੱਲਾਂ ਹੈ ਉਹ ਕਰਦਾ NCF। ਕਿਹੜੀਆਂ ਕਿਹੜੀਆਂ ਕਰਦਾ ਇਹਨਾਂ ਦੇ ਬਾਰੇ ਦੇ ਵਿੱਚ ਆਪਾਂ ਅੱਗੇ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਜੀ। ਸੋ ਪਹਿਲਾਂ ਕੰਟੀਨਿਊਟੀ ਦੀ ਆਪਾਂ ਗੱਲ ਕਰਦੇ ਹਾਂ। ਕੰਟੀਨਿਊਟੀ ਕੀ ਹੈ? ਗਿਣਤੀ, ਕਹਿੰਦੇ ਗਿਣਤੀ ਵਧਾਓ ਵੱਧ ਤੋਂ ਵੱਧ, ਜ਼ਿਆਦਾ ਤੋਂ ਜ਼ਿਆਦਾ ਜਿਹੜੀ ਆ ਕੰਟੀਨਿਊਟੀ ਕੀ ਹੈ ਜੀ? ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਜਿਹੜਾ ਪੜ੍ਹਾਇਆ ਜਾਵੇ, ਉਹ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਪੜ੍ਹਾਇਆ ਜਾਵੇ, ਉਹਨਾਂ ਦੀ ਜਿਹੜੀ ਮਾਤਰਾ ਹੈ ਗਿਣਤੀ ਹੈ ਬੱਚਿਆਂ ਦੀ, ਠੀਕ ਹੈ, ਸਕੂਲ ਦੇ ਵਿੱਚ ਉਹ ਵੱਧ ਤੋਂ ਵੱਧ ਜਿਹੜੀ ਵਧਾਈ ਜਾਵੇ, ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਜਿਹੜਾ ਪੜ੍ਹਾਇਆ ਜਾਵੇ, ਕੋਈ ਵੀ ਬੱਚਾ ਹੈ ਜਿਹੜਾ ਜਿਹੜਾ ਸਟੂਡੈਂਟ ਹੈ ਉਹ ਪੜ੍ਹਾਈ ਤੋਂ ਜਿਹੜਾ ਵਾਂਝਿਆ ਉਹ ਨਾ ਰਹਿ ਜਾਵੇ। ਗਿਣਤੀ ਜਿਹੜੀ ਸਕੂਲਾਂ ਦੇ ਵਿੱਚ ਉਹ ਜਿਹੜੀ ਵੱਧ ਤੋਂ ਵੱਧ ਜਿਹੜੀ ਕੀਤੀ ਜਾਣੀ ਚਾਹੀਦੀ ਆ। ਨੈਕਸਟ ਹੈ ਜੀ ਕੁਆਲਿਟੀ, ਗੁਣਵੰਤਾ,
ਮਤਲਬ ਕਿ ਚੰਗੇ ਚੰਗੀ ਜਿਹੜੀ ਗੁਣਵੰਤਾ ਵਾਲੀ ਜਿਹੜੀ ਸਟੱਡੀ ਹੈ, ਐਜੂਕੇਸ਼ਨ ਹੈ, ਉਹ ਬੱਚੇ ਨੂੰ ਦਿੱਤੀ ਜਾਣੀ ਚਾਹੀਦੀ ਹੈ। ਸੋ ਚੰਗੀ ਗੁਣਵੰਤਾ ਵਾਲੀ ਐਜੂਕੇਸ਼ਨ ਜਿਹੜੀ ਬੱਚੇ ਨੂੰ ਦਿੱਤੀ ਜਾਵੇ। ਸੋ ਚੰਗੀ ਗੁਣਵੰਤਾ ਵਾਲੀ ਜਿਹੜੀ ਐਜੂਕੇਸ਼ਨ ਹੈ ਉਹ ਜਿਹੜੀ ਬੱਚੇ ਨੂੰ ਜਿਹੜੀ ਦਿੱਤੀ ਜਾਣੀ ਚਾਹੀਦੀ ਹੈ। ਕੁਆਲਿਟੀ ਦੀ ਗੱਲ ਕਰੀਏ, ਗੁਣਵੰਤਾ ਦੀ ਗੱਲ ਕਰੀਏ, ਤਾਂ ਚੰਗੀ ਜਿਹੜੀ ਐਜੂਕੇਸ਼ਨ ਹੈ ਉਹ ਬੱਚੇ ਨੂੰ ਦਿੱਤੀ ਜਾਵੇ। ਚੰਗੀ ਗੁਣਵੰਤਾ ਵਾਲੀ ਜਿਹੜੀ ਐਜੂਕੇਸ਼ਨ ਬੱਚੇ ਨੂੰ ਦਿੱਤੀ ਜਾਣੀ ਚਾਹੀਦੀ ਹੈ। ਨੈਕਸਟ ਹੈ ਜੀ ਕੁਆਲਿਟੀ ਹੈ ਜੀ, ਬਰਾਬਰਤਾ ਦੀ ਗੱਲ ਕਰੀਏ, ਕੁਆਲਿਟੀ ਦੀ ਗੱਲ ਕਰੀਏ, ਸਕੂਲ ਵਿੱਚ ਬੱਚਿਆਂ ਵਿੱਚ ਬਰਾਬਰਤਾ ਲਿਆਂਦੀ ਜਾਵੇ। ਸਕੂਲ ਵਿੱਚ ਜੇਕਰ ਗੱਲ ਕਰੀਏ ਤਾਂ ਬੱਚਿਆਂ ਦੇ ਵਿੱਚ ਜਿਹੜੀ ਉਹ ਬਰਾਬਰਤਾ ਜਿਹੜੀ ਲਿਆਂਦੀ ਜਾਣੀ ਚਾਹੀਦੀ ਹੈ, ਸਮਾਨਤਾ ਜਿਹੜੀ ਬੱਚਿਆਂ ਦੇ ਵਿੱਚ ਜਿਹੜੀ ਲਿਆਂਦੀ ਜਾਣੀ ਚਾਹੀਦੀ ਹੈ। ਠੀਕ ਹੈ, ਕਿਉਂਕਿ ਸਕੂਲ ਦੇ ਜੇਕਰ ਆਪਾਂ ਗੱਲ ਕਰੀਏ, ਬਹੁਤ ਸਾਰੇ ਜਿਹੜੇ ਕਾਸਟ ਧਰਮ ਦੇ ਨਾਲ ਸੰਬੰਧਿਤ ਜਿਹੜੇ ਬੱਚੇ ਆ ਉਹ ਹੁੰਦੇ ਨੇ, ਸੋ ਉਹਨਾਂ ਦਾ ਜਿਹੜਾ ਪੱਧਰ ਹੈ ਉਹ ਇੱਕ ਕੀਤਾ ਜਾਣਾ ਚਾਹੀਦਾ। ਸਮਾਨਤਾ ਦੇ ਨਾਲ ਜਿਹੜੀ ਹੈ ਸਟੱਡੀ ਹੈ ਉਹ ਕਰਵਾਈ ਜਾਣੀ ਚਾਹੀਦੀ ਹੈ, ਤਾਂ ਜੋ ਕਿਸੇ ਵੀ ਬੱਚੇ ਨੂੰ ਜਿਹੜਾ ਫੀਲ ਹੈ ਉਹ ਨਾ ਹੋ ਸਕੇ। ਸੋ ਇਕੁਆਲਿਟੀ, ਬਰਾਬਰਤਾ, ਸਕੂਲ ਵਿੱਚ ਬੱਚਿਆਂ ਦੇ ਵਿੱਚ ਜਿਹੜੀ ਬਰਾਬਰਤਾ ਹੈ ਉਹ ਲਿਆਂਦੀ ਜਾਣੀ ਚਾਹੀਦੀ ਹੈ, ਸਮਾਨਤਾ ਬੱਚਿਆਂ ਦੇ ਵਿੱਚ ਜਿਹੜੀ ਲਿਆਂਦੀ ਹੈ ਉਹ ਜਾਣੀ ਚਾਹੀਦੀ ਹੈ। ਸੋ ਕੁਆਲਿਟੀ, ਕੰਟੀਨਿਊਟੀ, ਕੁਆਲਿਟੀ ਅਤੇ ਇਕੁਆਲਿਟੀ ਜਿਹੜੀ ਹੈ, ਇਹ ਤਿੰਨ ਜਿਹੜੇ ਥ੍ਰੀ ਜਿਹੜੇ ਪਿੱਲਰ ਹੈ ਜੀ ਐਨ ਸੀ ਐਫ 2005 ਦੇ। ਨੈਕਸਟ ਆ ਜਾਓ ਜੀ ਇਨਕਲੂਸਿਵ ਐਜੂਕੇਸ਼ਨ। ਸੋ ਇਨਕਲੂਸਿਵ ਐਜੂਕੇਸ਼ਨ ਕੀ ਹੈ ਜੀ? ਇਨਕਲੂਸਿਵ ਐਜੂਕੇਸ਼ਨ ਕੀ ਹੈ? ਸਾਰੇ ਬੱਚਿਆਂ ਨੂੰ ਜਿਹੜਾ ਇਕੱਠਿਆਂ ਹੀ ਜਿਹੜਾ ਪੜ੍ਹਾਇਆ ਜਾਵੇ, ਅਲੱਗ ਕਰਕੇ ਨਾ ਪੜ੍ਹਾਇਆ ਜਾਵੇ। ਜੋ ਸਪੈਸ਼ਲ ਨੀਡਸ ਵਾਲੇ ਬੱਚੇ ਹਨ ਸਭ ਨੂੰ ਇਕੱਠਿਆਂ ਹੀ ਜਿਹੜਾ ਸਿੱਖਿਆ ਦਿੱਤੀ ਜਾਵੇ। ਖਾਸ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਵੀ ਠੀਕ ਬੱਚਿਆਂ ਦੇ ਨਾਲ ਹੀ ਇੱਕੋ ਸਕੂਲ ਵਿੱਚ ਪੜ੍ਹਾਇਆ ਜਾਵੇ। ਸੋ ਇਨਕਲੂਸਿਵ ਅਪਰੋਚ ਹੈ ਜਿਹੜੀ ਇਹ ਕੀ ਕਹਿੰਦੀ ਹੈ ਜੀ? ਇਹ ਕਹਿੰਦੀ ਹੈ ਕਿ ਜਿਹੜੇ ਸਪੈਸ਼ਲ ਨੀਡਸ ਵਾਲੇ ਬੱਚੇ ਨੇ, ਇੱਕ ਹੁੰਦੇ ਆ ਗਿਫਟਡ ਬੱਚੇ, ਹੈ ਨਾ, ਇੱਕ ਹੋ ਗਏ ਟੈਲੈਂਟਡ ਬੱਚੇ, ਇੱਕ ਹੋ ਗਏ ਜਿਹੜੇ ਸਪੈਸ਼ਲ ਨੀਡਸ ਵਾਲੇ ਬੱਚੇ ਨੇ, ਹੈ ਨਾ, ਖਾਸ ਜ਼ਰੂਰਤਾਂ ਵਾਲੇ ਬੱਚੇ ਨੇ ਉਹ, ਠੀਕ ਹੈ, ਜਾਂ ਕੋਈ ਹੈਂਡੀਕੈਪਟ ਬੱਚਾ ਹੈ। ਸੋ ਕਹਿੰਦੇ ਜਿੰਨੇ ਵੀ ਇਹ ਬੱਚੇ ਆ ਨਾ ਜੀ, ਸਾਰੇ ਬੱਚਿਆਂ ਨੂੰ ਜਿਹੜਾ ਇਹ ਇਕੱਠਿਆਂ ਹੀ ਜਿਹੜਾ ਪੜ੍ਹਾਇਆ ਜਾਣਾ ਚਾਹੀਦਾ, ਤਾਂ ਜੋ ਅਤੇ ਪੜ੍ਹਾਇਆ ਇਸ ਤਰੀਕੇ ਦੇ ਨਾਲ ਜਾਵੇ ਕਿ ਉਹਨਾਂ ਬੱਚਿਆਂ ਨੂੰ ਜਿਹੜਾ ਉਹ ਫੀਲ ਨਾ ਹੋਵੇ, ਠੀਕ ਹੈ, ਕਿ ਅਸੀਂ ਆਮ ਜਿਹੜਾ ਬੱਚਿਆਂ ਦੇ ਨਾਲ ਹੀ ਜਿਹੜਾ ਮਤਲਬ ਕਿ ਉਹਨਾਂ ਨੂੰ ਫੀਲ ਨਾ ਹੋਵੇ ਕਿ ਅਸੀਂ ਇਹਨਾਂ ਤੋਂ ਅਲੱਗ ਹਾਂ, ਠੀਕ ਹੈ। ਇਨਕਲੂਸਿਵ ਅਪਰੋਚ ਕੀ ਹੈ ਜੀ? ਸਾਰੇ ਬੱਚਿਆਂ ਨੂੰ ਜਿਹੜਾ ਇਕੱਠਿਆਂ ਹੀ ਪੜ੍ਹਾਇਆ ਜਾਵੇ, ਅਲੱਗ ਕਰਕੇ ਨਾ ਪੜ੍ਹੇ। ਜੇਕਰ ਉਹਨਾਂ ਬੱਚਿਆਂ ਨੂੰ ਜਿਹੜੇ ਹੈਂਡੀਕੈਪਟ ਹੈ, ਕੋਈ ਬੱਚਾ ਜਾਂ ਜਿਹੜਾ ਖਾਸ ਜ਼ਰੂਰਤਾਂ ਵਾਲਾ ਬੱਚਾ, ਉਹਨਾਂ ਨੂੰ ਅਲੱਗ ਕਰਕੇ ਪੜ੍ਹਾਇਆ ਜਾ ਰਿਹਾ, ਤਾਂ ਉਹਨਾਂ ਬੱਚਿਆਂ ਦੇ ਵਿੱਚ ਕਿਤੇ ਨਾ ਕਿਤੇ ਉਹ ਫੀਲ ਉਹਨਾਂ ਨੂੰ ਹੋਵੇਗਾ ਕਿ ਸਾਨੂੰ ਜਿਹੜਾ ਅਸੀਂ ਅਲੱਗ ਆ, ਹੈ ਨਾ, ਉਹ ਬੱਚੇ ਦੇ ਸਕੂਲ ਦੇ ਵਿੱਚ ਨਹੀਂ ਅਸੀਂ ਜਾਂਦੇ, ਅਸੀਂ ਅਲੱਗ ਸਕੂਲ ਦੇ ਵਿੱਚ, ਹੈ ਨਾ। ਮਤਲਬ ਕਿ ਉਹ ਕਹਿੰਦੇ ਕਿ ਅਲੱਗ ਕਰਕੇ ਨਾ ਪੜ੍ਹਾਇਆ ਜਾਵੇ ਜੋ ਸਪੈਸ਼ਲ ਨੀਡਸ ਵਾਲੇ ਬੱਚੇ ਹਨ, ਠੀਕ ਹੈ। ਇਹਨਾਂ ਸਾਰਿਆਂ ਨੂੰ ਜਿਹੜੀ ਇਕੱਠੀ ਜਿਹੜੀ ਸਿੱਖਿਆ ਉਹ ਦਿੱਤੀ ਜਾਣੀ ਚਾਹੀਦੀ ਹੈ। ਖਾਸ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਵੀ ਜਿਹੜਾ ਹੈ ਠੀਕ ਬੱਚਿਆਂ ਦੇ ਨਾਲ ਹੀ ਜਿਹੜਾ ਇੱਕੋ ਸਕੂਲ ਦੇ ਵਿੱਚ ਜਿਹੜਾ ਪੜ੍ਹਾਇਆ ਜਾਣਾ ਚਾਹੀਦਾ। ਸੋ ਇਹ ਹੈਗੀ ਸੀ ਜੀ ਇਨਕਲੂਸਿਵ ਅਪਰੋਚ। ਨੈਕਸਟ ਹੈਗੇ ਜੀ ਹੋਲਿਸਟਿਕ ਅਪਰੋਚ। ਹੋਲਿਸਟਿਕ ਅਪਰੋਚ ਦੀ ਜੇਕਰ ਆਪਾਂ ਗੱਲ ਕਰੀਏ, ਹੋਲਿਸਟਿਕ ਅਪਰੋਚ ਦੀ ਗੱਲ ਕਰੀਏ, ਤਾਂ ਇਹਦੀ ਗੱਲ ਵੀ ਐਨ ਸੀ ਐਫ ਕਰਦਾ ਜੀ। ਐਨ ਸੀ ਐਫ ਕੀ ਕਹਿੰਦਾ ਕਿ ਸਰਬਪੱਖੀ ਜਿਹੜਾ ਵਿਕਾਸ ਹੈ ਬੱਚੇ ਦਾ ਕੀਤਾ ਜਾਣਾ ਚਾਹੀਦਾ, ਓਵਰਆਲ ਜਿਹੜੀ ਡਿਵੈਲਪਮੈਂਟ ਹੈ ਉਹ ਬੱਚੇ ਦੀ ਹੋਣੀ ਚਾਹੀਦੀ ਹੈ ਐਜੂਕੇਸ਼ਨ ਦੇ ਰਾਹੀਂ। ਓਵਰਆਲ ਡਿਵੈਲਪਮੈਂਟ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਸਕੂਲ ਦੇ ਵਿੱਚ, ਹੋਲਿਸਟਿਕ ਹੋਣਾ ਚਾਹੀਦਾ। ਹੋਲਿਸਟਿਕ ਕੀ ਹੁੰਦਾ ਜੀ? ਸਰਬਪੱਖੀ ਵਿਕਾਸ। ਨੈਕਸਟ ਆ ਜਾਓ ਜੀ ਕੰਸਟਰਕਟਿਵ ਅਪਰੋਚ। ਕੰਸਟਰਕਟਿਵ ਅਪਰੋਚ ਦੀ ਆਪਾਂ ਗੱਲ ਕਰੀਏ ਤਾਂ, ਸੋ ਬੱਚੇ ਕੀ ਹੈ? ਬੱਚੇ ਆਪਣੇ ਆਪ ਸਿੱਖੇ। ਕਹਿੰਦੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਕੋਗਨੇਟਿਵ ਜਿਹੜੀ ਡਿਵੈਲਪਮੈਂਟ ਹੈ ਉਹ ਕਰੋ ਕਿ ਬੱਚੇ ਆਪਣੇ ਆਪ ਜਿਹੜੇ ਸਿੱਖਣ।
ਸੋ ਬੱਚਾ ਜਿਹੜਾ ਬੱਚਾ ਆਪਣੇ ਆਪ ਸਿੱਖੇ, ਆਪਣੇ ਆਪ ਨੂੰ ਆਪ ਬਣਾਵੇ, ਬੱਚਾ ਕੀ ਕਰੇ ਆਪਣੇ ਆਪ ਨੂੰ ਆਪ ਬਣਾਵੇ। ਬੱਚਿਆਂ ਨੂੰ ਜਿਹੜਾ ਕੰਸਟਰਕਟਿਵ ਅਪਰੋਚ ਦੇ ਨਾਲ ਜਿਹੜਾ ਪੜ੍ਹਾਇਆ ਹੈ ਉਹ ਜਾਣਾ ਚਾਹੀਦਾ, ਤਾਂ ਜੋ ਬੱਚੇ ਦੇ ਵਿੱਚ ਜਿਹੜੀ ਖੁਦ ਜਿਹੜੀ ਡਿਵੈਲਪਮੈਂਟ ਹੈ ਉਹਦੀ ਜਿਹੜੀ ਹੋ ਸਕੇ ਅਤੇ ਉਹ ਆਪਣਾ ਖੁਦ ਦਾ ਜਿਹੜਾ ਵਿਕਾਸ ਹੈ ਉਹ ਵੀ ਆਪ ਕਰ ਸਕੇ। ਸੋ ਬੱਚਾ ਆਪਣੇ ਆਪ ਸਿੱਖੇ, ਆਪਣੇ ਆਪ ਨੂੰ ਆਪ ਬਣਾਵੇ, ਬੱਚਿਆਂ ਨੂੰ ਕੰਸਟਰਕਟਿਵ ਅਪਰੋਚ ਦੇ ਨਾਲ ਜਿਹੜਾ ਪੜ੍ਹਾਇਆ ਜਾਣਾ ਚਾਹੀਦਾ ਹੈ। ਨੈਕਸਟ ਆ ਗਿਆ ਜੀ ਥ੍ਰੀ ਲੈਂਗੁਏਜ ਜਿਹੜਾ ਫਾਰਮੂਲਾ ਜੀ, ਤਿੰਨ ਭਾਸ਼ਾਈ ਜਿਹੜਾ ਫਾਰਮੂਲਾ ਜੀ, ਬੱਚੇ ਨੂੰ ਤਿੰਨ ਭਾਸ਼ਾਵਾਂ ਜਿਹੜੀਆਂ ਜ਼ਰੂਰ ਉਹ ਪੜ੍ਹਾਉਣੀਆਂ ਚਾਹੀਦੀਆਂ। ਕੋਈ ਵੀ ਜਿਹੜੀਆਂ ਤਿੰਨ ਭਾਸ਼ਾਵਾਂ ਨੇ, ਕੋਈ ਵੀ ਤਿੰਨ ਜਿਹੜੀਆਂ ਲੈਂਗੁਏਜ ਆ ਉਹ ਬੱਚੇ ਨੂੰ ਜਿਹੜੀਆਂ ਜ਼ਰੂਰ ਪੜ੍ਹਾਈਆਂ ਜਾਣੀਆਂ ਚਾਹੀਦੀਆਂ ਨੇ। ਜ਼ਰੂਰੀ ਨਹੀਂ ਹੈ ਕਿ ਇਹ ਜਿਹੜੀ ਪੰਜਾਬੀ, ਹਿੰਦੀ ਅਤੇ ਜਿਹੜੀ ਹੈ ਇੰਗਲਿਸ਼ ਹੀ ਆ, ਕੋਈ ਵੀ ਜਿਹੜੀਆਂ ਤਿੰਨ ਭਾਸ਼ਾਵਾਂ ਨੇ ਉਹ ਬੱਚੇ ਨੂੰ ਜ਼ਰੂਰ ਜਿਹੜੀਆਂ ਸਕੂਲ ਦੇ ਵਿੱਚ ਜਿਹੜੀਆਂ ਪੜ੍ਹਾਈਆਂ ਉਹ ਜਾਣੀਆਂ ਚਾਹੀਦੀਆਂ ਨੇ। ਸੋ ਥ੍ਰੀ ਲੈਂਗੁਏਜ ਫਾਰਮੂਲੇ। ਸੋ ਇਹਦੇ ਨਾਲ ਜਿਹੜੀ ਆਪਣਾ ਇਹ ਵਾਲਾ ਜਿਹੜਾ ਟੋਪਿਕ ਹੈ ਜੀ ਐਨ ਸੀ ਐਫ 2005 ਦਾ, ਇਹ ਖਤਮ ਹੋ ਗਿਆ। ਸੋ ਐਨ ਸੀ ਐਫ ਥ੍ਰੀ ਲੈਂਗੁਏਜ ਆਪਾਂ ਇੱਕ ਜਿਹੜੀ ਕੁਇਕ ਰਿਵੀਜ਼ਨ ਇਹਦੀ ਕਰਦੇ ਹਾਂ। ਸੋ ਕੁਇਕ ਰਿਵੀਜ਼ਨ ਦੇ ਵਿੱਚ ਤੁਹਾਨੂੰ ਫੀਚਰਸ ਦੀ ਕੁਇਕ ਰਿਵੀਜ਼ਨ ਕਰਦੇ ਹਾਂ। ਸੋ ਕੁਇਕ ਰਿਵੀਜ਼ਨ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਸੋ ਆਪਾਂ ਸਟਾਰਟਿੰਗ ਤੋਂ ਹੀ ਕਰ ਲੈਂਦੇ ਹਾਂ। ਪਹਿਲਾਂ 1975 ਦੇ ਵਿੱਚ ਆਇਆ, ਫਿਰ 1988 ਦੇ ਵਿੱਚ, ਫਿਰ 2000 ਦੇ ਵਿੱਚ, ਅਤੇ ਐਨ ਸੀ ਐਫ 2005 ਦੇ ਵਿੱਚ ਆਇਆ। ਬਿਨਾਂ ਬੋਝ ਤੋਂ ਸਿੱਖਿਆ ਦੀ ਗੱਲ ਕੀਤੀ ਗਈ, ਪ੍ਰੋਫੈਸਰ ਜਸ਼ਪਾਲ ਸਿੰਘ ਦੇ ਚੇਅਰਮੈਨ। ਕਿਉਂ ਲਿਆਂਦਾ ਗਿਆ? ਕਿਉਂਕਿ ਕਿਤਾਬੀ ਗਿਆਨ ਸੀ, ਰੱਟਾ ਵਕੇਸ਼ਨ ਸੀ, ਮਟੀਰੀਅਲ ਹੈ ਨਹੀਂ ਸੀਗਾ, ਟਾਈਮ ਟੇਬਲ ਫਲੈਕਸੀਬਲ ਉਹ ਨਹੀਂ ਸੀਗਾ, ਪਨਿਸ਼ਮੈਂਟ ਬੱਚਿਆਂ ਨੂੰ ਦਿੱਤੀ ਜਾਂਦੀ ਸੀ, ਸਕੂਲ ਬੋਰਡ ਦੂਰ ਸੀ ਅਤੇ ਟੀਚਰ ਆਪਣੇ ਅਕੋਰਡਿੰਗ ਹੀ ਬੱਚਿਆਂ ਨੂੰ ਪੜ੍ਹਾਉਂਦਾ ਸੀ। ਇਹਨਾਂ ਸਭ ਨੂੰ ਦੂਰ ਕਰਨ ਦੇ ਲਈ ਐਨ ਸੀ ਐਫ ਆਇਆ। ਐਨ ਸੀ ਐਫ ਨੇ ਕੀ ਕਿਹਾ ਕਿ ਚਾਈਲਡ ਸੈਂਟਰਡ ਐਜੂਕੇਸ਼ਨ ਹੋਣੀ ਜਿਹੜੀ ਚਾਹੀਦੀ ਹੈ, ਬੱਚੇ ਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਦਿੱਤੀ ਜਾਵੇ, ਬਿਨਾਂ ਬੋਝ ਤੋਂ ਸਿੱਖਿਆ ਹੋਣੀ ਚਾਹੀਦੀ ਹੈ, ਜ਼ਿੰਦਗੀ ਦੇ ਨਾਲ ਸੰਬੰਧਿਤ ਕਰਕੇ ਬੱਚਿਆਂ ਨੂੰ ਪੜ੍ਹਾਇਆ ਜਾਵੇ, ਠੀਕ ਹੈ, ਜਿਹੜੀ ਸਿੱਖਿਆ ਉਹ ਨੌਲੇਜ ਬੇਸਡ ਹੋਣੀ ਚਾਹੀਦੀ ਹੈ, ਫਲੈਕਸੀਬਲ ਜਿਹੜੀ ਲਰਨਿੰਗ ਹੋਣੀ ਚਾਹੀਦੀ ਹੈ ਅਤੇ ਡੈਮੋਕਰੇਟਿਕ ਵੇ ਦੇ ਨਾਲ ਪੜ੍ਹਾਇਆ ਜਾਵੇ। ਤਿੰਨ ਚੀਜ਼ਾਂ ਦੀ ਉਹਨਾਂ ਨੇ ਗੱਲ ਕੀਤੀ। ਉਹ ਕਹਿੰਦੇ ਆ ਕੰਟੀਨਿਊਟੀ ਵਧਾਵੇ, ਬੱਚਿਆਂ ਦੀ ਗਿਣਤੀ ਵਧੇ, ਗੁਣਵੰਤਾ ਵਾਲੀ ਜਿਹੜੀ ਸਿੱਖਿਆ ਦਿੱਤੀ ਜਾਵੇ, ਬਰਾਬਰਤਾ ਲਿਆਂਦੀ ਜਾਵੇ, ਸਮਾਨਤਾ, ਇਨਕਲੂਸਿਵ ਅਪਰੋਚ ਦੀ ਗੱਲ ਕੀਤੀ ਐਨ ਸੀ ਐਫ ਨੇ ਕਿ ਸਾਰੇ ਬੱਚਿਆਂ ਨੂੰ ਇਕੱਠਿਆਂ ਪੜ੍ਹਾਇਆ ਜਾਵੇ, ਹੋਲਿਸਟਿਕ ਅਪਰੋਚ, ਸਭ ਬੱਚਿਆਂ ਦਾ ਸਰਵਪੱਖੀ ਵਿਕਾਸ ਕੀਤਾ ਜਾਵੇ, ਕੰਸਟਰਕਟਿਵਿਸਟ ਕਿ ਬੱਚੇ ਜਿਹੜੇ ਆ ਖੁਦ ਜਿਹੜੀ ਆ ਉਹਨਾਂ ਦੀ ਜਿਹੜੀ ਸੋਚ ਆ ਉਹ ਡਿਵੈਲਪ ਹੋ ਸਕੇ, ਠੀਕ ਆ, ਖੁਦ ਬੱਚੇ ਸਿੱਖ ਸਕਣ, ਅਜਿਹਾ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ। ਸੋ ਥ੍ਰੀ ਲੈਂਗੁਏਜ, ਤਿੰਨ ਭਾਸ਼ਾ ਬੱਚੇ ਨੂੰ ਜ਼ਰੂਰ ਆਉਣੀਆਂ ਚਾਹੀਦੀਆਂ ਨੇ। ਸੋ ਇਹ ਸੀਗਾ ਜੀ ਆਪਣਾ ਐਨ ਸੀ ਐਫ 2005, ਤਿੰਨ ਦੇ ਵਿੱਚ ਜਿਹੜੇ ਕੁਐਸਚਨ ਆ ਜੀ ਉਹ ਪੁੱਛ ਲਏ ਜਾਂਦੇ ਨੇ। ਸੋ ਵੀਡੀਓ ਤੁਹਾਨੂੰ ਵਧੀਆ ਲੱਗੀ, ਵੀਡੀਓ ਨੂੰ ਲਾਈਕ ਕਰ ਦਿਉ, ਸ਼ੇਅਰ ਕਰ ਦਿਉ ਆਪਣੇ ਫਰੈਂਡਸ ਦੇ ਨਾਲ ਵਟਸਐਪ ਗਰੁੱਪ ਦੇ ਵਿੱਚ। ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਦੀ ਨਾਲ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਉ ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਸੋ ਥੈਂਕਸ ਫੋਰ ਵਾਚਿੰਗ।